ਗਾਨਾ ਜੀ ਪੂਰਾ ਇੰਡੀਆ ਦੇਖਣਾ ਚਾਹੁੰਦਾ ਗਾਣੇ ਨੂੰ 50 500 ਮੇਰਾ ਖਿਆਲ ਹੈ ਕਿ ਸ਼ਾਇਦ ਜਿਵੇਂ ਸਿੱਧੂ ਮੂਸੇ ਪਾਜੀ ਉਸਤਾਦ ਜੀ ਸਾਡੇ ਜਿਹੜੇ ਸਿੱਧੂ ਮੂਸੇ ਵਾਲੇ ਜੀ ਹੈ ਨਾ ਜਿਵੇਂ ਕਿ ਉਹਨਾਂ ਦੇ ਗਾਣੇ ਚੱਲਦੇ ਸੀ ਉਦਾਂ ਹੀ ਕਿਸੇ ਟਾਈਮ ਤੇ ਮੇਰੇ ਗਾਣੇ ਚੱਲਣਗੇ ਸ਼ਾਇਦ ਇਸ ਤੋਂ ਉੱਪਰ ਹੀ ਉਹਨਾਂ ਦੀ ਕਿਰਪਾ ਦੇ ਨਾਲ ਆ ਕਿ ਮੈਂ ਕਿਉਂਕਿ ਜਿਹੜੇ ਉਹਨਾਂ ਦੇ ਗਾਣੇ ਹਨ ਮੈਂ ਉਹਨਾਂ ਦੇ ਗਾਣੇ ਬਣਾਉਣ ਦੀ ਸੋਚ ਰਿਹਾ ਗਾਨਾ ਜੀ ਪੂਰਾ ਇੰਡੀਆ ਦੇਖਣਾ ਚਾਹੁੰਦਾ ਗਾਣੇ ਨੂੰ 50 500 ਮੇਰਾ ਖਿਆਲ ਹੈ ਕਿ ਸ਼ਾਇਦ ਜਿਵੇਂ ਸਿੱਧੂ ਮੂਸੇ ਪਾਜੀ ਉਸਤਾਦ ਜੀ ਸਾਡੇ ਜਿਹੜੇ ਸਿੱਧੂ ਜਿਵੇਂ ਕੀ ਉਹਨਾਂ ਦੇ ਗਾਣੇ ਚੱਲਦੇ ਸੀ ਓਦਾਂ ਹੀ ਕਿਸੇ ਟਾਈਮ ਤੇ ਮੇਰੇ ਗਾਣੇ ਚੱਲਣਗੇ ਸ਼ਾਇਦ ਇਹ ਤੋਂ ਉੱਪਰ ਹੀ ਉਹਨਾਂ ਦੀ ਕਿਰਪਾ ਦੇ ਨਾਲ ਆ ਕਿ ਮੈਂ ਕਿਉਂਕਿ ਜਿਹੜੇ ਉਹਨਾਂ ਦੇ ਗਾਣੇ ਹਨ ਮੈਂ ਉਹਨਾਂ ਦੇ ਗਾਣੇ ਬਣਾਉਂਦੀ ਸੋਚ ਰਿਹਾ ਕਿ ਉਹਨਾਂ ਦੇ ਉਹਨਾਂ ਦੀ ਸੋਚ ਤੇ ਚੱਲ ਰਿਹਾ ਮੈਂ ਬਲਕਿ ਉਹਨਾਂ ਵਰਗਾ ਨਹੀਂ ਹੋ ਸਕਦਾ ਨਾ ਮੈਂ ਉਹਨਾਂ ਦੀ ਉਹਨਾਂ ਜਿੱਦਾਂ ਦੀ ਪੈਰ ਦੀ ਜੁੱਤੀ ਹੈ ਮੈਂ ਉਹਨਾਂ ਦਾ ਵੀ ਨਹੀਂ ਹੋ ਸਕਦਾ ਪਰ ਮੈਂ ਉਹਨਾਂ ਦੀ ਸੋਚ ਤੇ ਚੱਲ ਰਿਹਾ ਜੋ ਸਿੱਧੂ ਮੂਸੇਵਾਲਾ ਪੰਜਾਬ ਦਾ ਹੀਰਾ ਸੀਗਾ ਪੰਜਾਬ ਦਾ ਬ੍ਰਾਂਡ ਸੀਗਾ ਪੰਜਾਬ ਦਾ ਸੋਨਾ ਸੀਗਾ ਜੋ ਪੰਜਾਬ ਦੇ ਮੁੰਡਿਆਂ ਨੂੰ ਕਲਚਰ ਦੇ ਕੇ ਗਿਆ ਜੋ ਕੋਈ ਨਹੀਂ ਦੇ ਸਕਦਾ ਸੀਗਾ ਬਸ ਇੱਕੋ ਸੀਗਾ ਮੂਸੀ ਵਾਲਾ ਜੱਟ ਉਸ ਤੋਂ ਉੱਤੇ ਕੋਈ ਨਹੀਂ ਸੀਗਾ ਜੀ ਐਂਡ ਸੀਗਾ ਪਰ ਉਹਨਾਂ ਦੇ ਉੱਥੇ ਅਸੀਂ ਉਹਨਾਂ ਦੀ ਲੈਅ ਤੇ ਚੱਲ ਰਹੇ ਆ ਤੇ ਗਾਣਾ ਜਿਹੜਾ ਪੰਜਾਬ 50 50 100 ਪੂਰੇ ਇੰਡੀਆ ਵਿੱਚ ਪੂਰੇ ਵਰਲਡ ਦੇ ਵਿੱਚ ਬਾਹਰਲੇ ਦੇਸ਼ਾਂ ਇੰਗਲੈਂਡ ਅਮਰੀਕਾ ਯੂ ਐਸ اے ਕੈਨੇਡਾ ਵਿੱਚ ਇੰਨੇ ਕ ਫੋਨ ਆਉਂਦੇ ਨਾ ਮੈਨੂੰ ਜੀ ਤੇ ਮੈਂ ਆ ਦੇਖੋ ਜੀ ਅ ਅਜਾਜ ਲਾਇਆ ਮੋਦੀ ਸਾਹਿਬ ਦਾ ਇੱਧਰ ਵੀ ਜਾਜ ਲੱਗਾ ਵਾ ਤੇ ਇੱਧਰ ਵੀ ਜਾਜ ਲੱਗਾ ਦੋਨੇ ਜਾਜ ਲੱਗੇ ਜੀ ਫੋਨ ਦੋਨੇ ਨਹੀਂ ਚੁੰਦਾ ਮੈਂ ਇੰਨੇ ਕ ਫੋਨ ਆ ਜਾਂਦੇ ਆ ਜੀ ਇੱਕ ਨਾ ਝੂਠ ਮਾਰਦਾ ਕਰਦੇ ਕਰਦੇ ਵੀ ਮੈਂ ਹਜ਼ਾਰ ਫੋਨ ਚੱਕਦਾ ਇੱਕ ਦਿਨ ਚ ਪਰ ਚੱਕ ਕੇ ਮੈਨੂੰ ਇੰਨੀ ਟੈਨਸ਼ਨ ਪੈਂਦੀ ਇੰਨਾ ਕਿ ਪਰੇਸ਼ਾਨ ਹੋਇਆ ਨਾ ਮੈਂ ਫੋਨ ਚੱਕ-ਚੱਕੇ ਵੀ ਲੋਕੀ ਕੋਈ ਗਾਣਾ ਪੁੱਛਦੇ 50 50 100 ਕਦੋਂ ਆ ਰਿਹਾ ਸੋ ਪਹਿਲੀ ਤਰੀਕ ਨੂੰ ਨਵੇਂ ਸਾਲ ਵਾਲੇ ਦਿਨ ਸਵੇਰੇ 10 ਵਜੇ ਗਾਣਾ ਆ ਰਿਹਾ ਇੱਕ ਵਿਆਹ ਦੇ ਵਜੇ ਗਾਣਾ ਆ ਰਿਹਾ ਤੇ ਇੱਕ ਮੇਰਾ 50 50 100 ਜਿਹੜਾ 50 50 100 ਆ ਉਹਦੇ ਵਿੱਚ ਮੈਂ ਦੱਸਤਾ ਮੂਸੇ ਵਾਲਾ ਜੱਟ ਕੀ ਚੀਜ਼ ਐ ਸੋ ਦਿਖਣਾ ਨਾ ਪੁੱਲਿਓ ਦੂਜੇ ਵਿਆਹ ਦਾ ਕੀ ਸੀ ਦੂਜੇ ਦਾ ਵੀ ਸੀਨ ਪੈ ਜੂਗਾ ਤੁਹਾਡੇ ਸਾਹਮਣੇ ਪਾਊਗਾ ਉਹ ਦਿਨ মিডিਆ ਸਾਹ ਦੇਖਦੇ ਹੁਣ ਜੇ ਜਨਤਾ ਕਹੇਗੀ ਤੇ ਜੋ ਕਹੇਗੀ ਸੋ ਕਰਕੇ ਦਿਖਾਵਾਂਗੇ ਨਹੀਂ ਜੇ ਇੱਕ ਛੇਡੂ ਤੇ ਇੱਕ ਤਸਵੀਰ ਆਇਆ ਸੀ ਜਾਂ ਵੀ ਆਈ ਸੀ ਕਿ ਜਾਂ ਰੇਲ ਦੇ ਵਿੱਚ ਤੁਹਾਡਾ ਵਿਆਹ ਹੋ ਰਿਹਾ ਵਾ ਦੂਜਾ ਦੇਖੋ ਜੀ ਜੇ ਬਾਹਰ ਜਾਣਾਂ ਦਾ ਬਾਹਰ ਜਾਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਵਾ ਬਾਹਰ ਜਾਣ ਵਾਸਤੇ ਦੂਜਾ ਵਿਆਹ ਕਰਨਾ ਹੀ ਪੈਂਦਾ ਵਾ ਤੁਹਾਨੂੰ ਪਤਾ ਨਹੀਂ ਪੀਆਰ ਵਾਲੀ ਕੁੜੀ ਲੱਭਣ ਦੇ ਹਾਂ ਨਹੀਂ ਲੱਭ ਗਈ ਆ ਬਸ ਹੁਣ ਤਿਆਰੀ ਹੈ ਜੀ ਬਸ ਹੁਣ ਅੱਜ ਜਾਂ ਜਲਦੀ ਕੱਲ ਚਲ ਜੀਏ ਔਰ ਮਿੱਤਰਾਆਂ ਵਾਸਤੇ ਕੁਝ ਚੀਜ਼ ਲੈ ਕੇ ਆਵਾਂਗੇ ਜੀ ਨਵਾਂ ਗਾਣਾ ਫਿਰ ਡਿਊਟ ਸੌਂਗ ਕਰਿਆ ਕਰਾਂਗੇ ਜੀ ਦੋਨੇ ਵੋਟੀਆਂ ਨਾਲ ਨਹੀਂ ਦੋਨਾਂ ਨਾਲ ਇੱਕ ਇਧਰ ਹੋ ਗਈ ਇੱਕ ਇਧਰ ਹੋ ਗਈ ਗੱਬੇ ਮੈਂ ਆਉਂਗਾ ਤੂੰ ਵੀ ਫੜ ਕੇ ਉਹ ਗਾਣਾ ਡਿਊਟ ਗਾਣਾ ਜ਼ਰੂਰ ਦੇਖਿਓ ਵੀ ਗਾਣਾ ਚੱਲ ਰਿਹਾ ਛੇਤੀ ਦੋਨਾਂ ਪਾਸੇ ਹੈ ਜੀ ਪਿਆਰ ਤੇ ਦੋਨਾਂ ਪਾਸੇ ਹੁੰਦਾ ਜੀ ਨਹੀਂ ਹੈਗਾ ਕਿ ਮੁੱਕ ਗਿਆ ਨਾਲ ਕਹਿੰਦੇ ਨਹੀਂ ਨਹੀਂ ਅੱਜ ਤਾਂ ਬਾਹਰ ਜਾਣਾ ਨਾ ਕੋ ਬਲੇਟ ਹੋ ਜਾ 2-3 ਵਜੇ ਜਾਂਦਾ ਉਹ ਕੁੰਡਾ ਨਹੀਂ ਖੋਲਦੇ ਕਹਿੰਦੇ ਜਾ ਬਾਰਿਸ਼ ਹੋ ਜਾ ਜਾ ਅੱਜ ਅੱਜ ਕੀ ਨਹੀਂ ਅੱਜ ਫਿਰ ਅੱਜ ਤੇ ਫਿਰ ਦੇਖਾਂਗੇ ਜੀ ਕਿਦਾਂ ਕਿਤੇ ਰਾਤ ਕਰਾਂਗੇ ਜੇ ਕਿਸੇ ਕੋ ਕਹਿ ਕੇ ਨਹੀਂ ਤੇ ਫਿਰ ਕਿਦਾਂ ਮਰਜੀ 2024 ਦਾ ਕੀ ਪਲਾਨ ਆ ਸਾਡਾ ਬਸ ਤਿਆਰੀ ਚੱਲ ਰਹੀ ਹੈ ਜੀ ਮੈਂ ਤਾਂ ਕਿ ਕਹਣਾ ਜੇ ਡਾਕਟਰ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਕਿ ਜਾਣਾ ਜੇ ਡਾਕਟਰ ਬਾਬਾ ਸਾਹਿਬ ਨੂੰ ਮੰਨਦੇ ਦਿਲਾਂ ਵਿੱਚ ਫੋਟੋ ਲਾਈ ਹੈ ਇੱਕ ਵਾਰੀ ਇੰਡੀਆ ਦੇ ਵਿੱਚ ਇੱਕ ਭਾਰਤ ਦੇਸ਼ ਦੇ ਵਿੱਚ ਪਤਾ ਲੱਗ ਜੇ ਇਹ ਆਜ਼ਾਦ ਹੀ ਖੜੇ ਹੋ ਯਾਰ ਬੋਟ ਪਾਵੇਂ ਇੱਕ ਨਾ ਪਵੇ ਤੁਹਾਡੀ ਸਪੋਰਟ ਮੈਂ ਕਰ ਦੂੰਗਾ ਜਿੰਨੀਆਂ ਬਾਈਟਾਂ ਕਹੇ ਮੈਂ ਨਹੀਂ ਖੜਾ ਹਾਂਗਾ ਤੁਹਾਨੂੰ ਖੜਾ ਕਰੂੰਗਾ ਐਮ ਐਲ اے ਐਮ ਪੀ ਕਿਉਂਕਿ ਇਹਨਾਂ ਇਹਨਾਂ ਚੋਰਾ ਕੋ ਦੇਸ਼ ਬਚਾਉਣਾ ਨਾ ਇਹੀ ਇੱਕ ਤਰੀਕਾ ਵਾ ਬਸ ਮੈਂ ਡਰਦਾ ਨਹੀਂ ਕਿਸੇ ਕੋ ਨਾਮ ਨੂੰ ਡਰਨ ਦੀ ਲੋੜ ਹੈ ਤੇ ਮੈਂ ਦੁਨੀਆ ਮੇਨਾਂ ਖੜੀ ਐ ਤੇ ਲੋਕਾਂ ਨੂੰ ਪਤਾ ਜੇ ਇਹਨਾਂ ੱਤਕਾ ਹੋਊਗਾ ਚਾਹੇ ਕੋਈ ਵੀ ਐ ਇਹ ਸਿਰਫ ਇੱਕੋ ਕੰਮ ਕਰ ਸਕਦੇ ਆ ਜਾਂ ਮੈਨੂੰ ਮਰਵਾ ਸਕਦੇ ਆ ਜਾਂ ਮੇਰੇ ਤੇ ਝੂਠੇ ਪਰਚੇ ਕਰਾ ਸਕਦੇ ਆ ਸਿਰਫ ਇਹੀ ਕੁਛ ਕਰ ਸਕਦੇ ਆ ਹੋਰ ਇਹਨਾਂ ਕੋਈ ਪਾਵਰ ਨਹੀਂ ਇਹ ਰੱਬ ਨਹੀਂ ਲੱਗੇ ਇਹ ਡਰੋਣਾ ਇਹਨਾਂ ਤੋਂ ਕਿ ਰੱਬ ਨਹੀਂ ਲੱਗੇ ਠੀਕ ਹੈ ਔਰ ਦੇਖੋ ਜਿੰਨੀ ਮਹਿੰਗਾਈ ਇਹਨਾਂ ਨੇ ਕਰ ਦਿੱਤੀ ਆ ਇਹਨਾਂ ਨੇ ਕੰਨ ਫੜਾਤੇ ਸਾਨੂੰ ਕਿਸਾਨਾਂ ਨੇ ਇੰਨਾ ਧੱਕਾ ਕੀਤਾ ਇੰਨਾ ਧੱਕਾ ਕੀਤਾ ਕਿਸਾਨਾਂ ਨੇ ਸਾਡੇ ਦੇਸ਼ ਦਾ ਜਿਹੜਾ ਨਾ ਨਾਰਾ ਵਾ ਜੈ ਜਵਾਨ ਜੈ ਕਿਸਾਨ ਜਿਹੜਾ ਕਿਸਾਨ ਆ ਉਹ ਇਹਨਾਂ ਦੀ ਜਾਨ ਨੂੰ ਰੋਂਦਾ ਪਿਆ ਤੇ ਜਵਾਨ ਵੀ ਰੋਂ ਰਿਆ ਇਹਨਾਂ ਤੋਂ ਇਹਨੇ ਦੁਖੀ ਹੋ ਗਏ ਨਾ ਵੀ ਇਹਨਾਂ ਮੰਤਰੀਆਂ ਨੇ ਆਪਣੀ ਜ਼ਮੀਨਾਂ ਲੈ ਕੇ ਬਾਹਰ ਖੇਤੀਬਾੜੀ ਕਰਨ ਦੇ ਸੋਚਦੇ ਆ ਜਿਹੜੇ ਇੱਥੇ ਦੇ ਹਾਲਾਤ ਐ ਉਹ ਬੇੜਾ ਗਰਕ ਕੀਤਾ ਮੈਂ ਇਹਨਾਂ ਨੂੰ ਕਹਿਣਾ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਡਾਕਟਰ 바ਵਾ ਸਾਹਿਬ ਉਮੀਦਵਾਰ ਦੀ ਸੋਚ ਨੂੰ ਲੈ ਕੇ ਚੱਲਦੇ ਆ ਉਹ ਇਸ ਵਾਰ ਇਲੈਕਸ਼ਨ ਆਜ਼ਾਦ ਹੀ ਖੜੇ ਹੋ ਜਣਾਂ ਲੋੜ ਨਹੀਂ ਪਾਰਟੀਆਂ ਦੀ ਸਾਨੂੰ ਤੁਹਾਡੇ ਅੰਦਰ ਆਪਣੇਂਦਰ ਬਹੁਤ ਜਾਣ ਆ ਗਿੱਡਣਾ ਦਾ ਗੂਰ ਸਿਰ ਨੂੰ ਨਾ ਲਾਓ ਜੀ ਜਿੰਨੀ ਕਿ ਇਨਕਮ ਹੋ ਜਾਂਦੀ ਜਿਹੜਾ ਇਨਕਮ ਦੇਖੋ ਜੀ 10 12 15000 20000 ਰੁਪਏ ਆ ਜਾਂਦੀ ਹੈ ਤੇ ਘਰ ਦਾ ਗੁਜ਼ਾਰਾ ਮਾੜਾ ਮੋ ਰੋਟੀ ਪੈਣ ਚੱਲਦਾ ਤੇ ਪਰ ਕੁਝ ਟਾਈਮ ਤੇ ਉੱਤੇ ਮੈਨੂੰ ਵੱਧ ਵੀ ਆਈਏ ਲੋਕਾਂ ਨੇ ਮਦਦ ਬਹੁਤ ਕੀਤੀ ਬਾਹਰਲੇ ਬੰਦੇ ਨੇ ਭਾਵੇਂ ਹੁਣ ਮਜ਼ਾਕ ਕਰਦੇ ਕਰੀ ਜਾਂਦੇ ਮੈਂ ਉਹਨਾਂ ਜਿਹੜੇ ਬੰਦੇ ਫੁੱਦੂ ਬਣਾਉਂਦੇ ਮੈਂ ਉਹਨਾਂ ਦਾ ਫੋਨ ਨਹੀਂ ਚੱਕਦਾ ਠੀਕ ਆ ਕਿਉਂਕਿ ਉਹ ਆ ਫੁੱਦੂ ਜਦ ਦੂਜੇਨ ਫੁੱਦੂ ਬਣਾਣਾ ਉਹ ਆ ਫੁੱਦੂ ਆ ਅਸਲੀ ਸੱਚਾਈ ਕੀ ਆ ਅੰਦਰਲੇ ਦਿਲ ਦੀ ਦੇਖੋ ਜਾ ਕੇ ਬੰਦਾ ਕੀ ਸੋਚ ਰਿਹਾ ਮੈਂ ਆਪਣੇ ਵਾਸਤੇ ਨਹੀਂ ਕੁਝ ਮੈਂ ਇੰਡੀਆ ਭਾਰਤ ਦੇਸ਼ ਵਾ ਸੋਚ ਰਿਹਾ ਆਣ ਵਾਲਾ ਟਾਈਮ ਜਦੋਂ ਪੰਜਾਬ ਜਦੋਂ ਪਾਣੀ ਖਤਮ ਹੋ ਗਿਆ ਫਿਰ ਬੋਲੋਗੇ ਆਣ ਵਾਲੇ ਦੇਸ਼ ਜੇ ਖੇਤੀ ਖਤਮ ਹੋ ਗਈ ਉਦੋਂ ਬੋਲੋਗੇ ਇਤਿਹਾਸ ਕੀ ਕਹਿੰਦਾ ਖੇਤੀ ਬਾਬੇ ਨਾਨਕ ਦੀ ਆ ਇਹਨੂੰ ਬਚਾਉਂਦਾ ਤੁਹਾਡਾ ਧਰਮ ਹੈ ਚਾਹੇ ਕੋਈ ਵੀ ਬੰਦਾ ਚਾਹੇ ਰਿਕਸ਼ੇ ਚਲਾਉਣ ਵਾਲਾ ਬੰਦਾ ਚਾਹੇ ਸਾਈਕਲਾਂ ਵਾਲਾ ਬੰਦਾ ਸੂਈ ਤੋਂ ਲੈ ਕੇ ਹਵਾ ਇਜਾਜ ਤੱਕ ਰੱਬ ਚਲਾਉਂਦਾ ਬੰਦਾ ਨਹੀਂ ਚਲਾਸਦਾ ਕਦੀ ਇਹ ਰੱਬ ਦੀ ਕਰਾਮਾਤ ਹੈ ਔਰ ਜੇ ਮੋਦੀ ਸਾਹਿਬ ਮੇਰੀ ਬਾਤ ਨੂੰ ਸੁਣਦੇ ਪਏ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਪੰਜਾਬ ਦੇ ਵਿੱਚ ਜਿਹੜੀ ਗੁਰੂ ਨਾਨਕ ਬਾਬੇ ਨਾਨਕ ਦੀ ਖੇਤੀ ਹੈ ਉਹਨੂੰ ਸਹੀ ਔਰ ਸਹੀ ਸਲਾਮਤ ਰੱਖੋ ਕਿਸਾਨਾਂ ਦਾ ਸਾਥ ਦਿਓ ਔਰ ਜਵਾਨਾਂ ਦਾ ਸਾਥ ਦਿਓ ਜਿਹੜੇ ਦੇਸ਼ ਵਿੱਚ ਕਾਮਗਰ ਹੈ ਨਹੀਂ ਬੇੜਾ ਗਰਕ ਹੋਇਆ ਕਾਰਪੈਂਟਰ ਮਜ਼ਦੂਰ ਮਿਸਤਰੀ ਪਲੰਬਰ ਰਾਜਗਰੀ ਸ਼ਟਰਾਂ ਵਾਲਾ ਕੀ ਪੇਂਟ ਵਾਲਾ ਕੀ ਔਰ ਲੱਕੜ ਵਾਲਾ ਤਰਖਾਨ ਕੀ ਸੋਨੇ ਵਾਲਾ ਕੀ ਹਲਵਾਈ ਵਾਲਾ ਕੀ ਸਾਰੇ ਰੋਂਦੇ ਪਏ ਆ ਇਹਨਾਂ ਨੂੰ ਖੁਸ਼ਹਾਲ ਕਰੋਗੇ ਤੇ ਇਹ ਤੁਹਾਡੀ ਫੋਟੋ ਖੁਦ ਆਪ ਲਾਉਣਗੇ ਕਿ ਯਾਰ ਨਹੀਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਈ ਬਹੁਤ ਵਧੀਆ ਨੇ ਔਰ ਇਹਨਾਂ ਤੋਂ ਵਧੀਆ ਨਹੀਂ ਹੋਣੇ ਵੋਟਾਂ ਕਹਿ ਕੇ ਨਹੀਂ ਵੋਟਾਂ ਤੁਹਾਨੂੰ ਜ਼ੋਰ ਜ਼ੋਰ ਨਹੀਂ ਲਵਾਣਾ ਪੈਗਾ ਤੁਹਾਨੂੰ ਕਹਿ ਕੇ ਵੋਟ ਨਹੀਂ ਪਾਣੀ ਪਈ ਲੋਕਾਂ ਨੇ ਆਪ ਹੀ ਪਾ ਜਾਣੀ ਹੈ ਤੇ ਜੇ ਤੁਸੀਂ ਬੇੜਾਗਰ ਕਰੋਗੇ ਫਿਰ ਵੋਟ ਤੁਹਾਨੂੰ ਪਤਾ ਹੀ ਹੈ ਕਿੱਥੇ ਜਾਣੀ ਹੈ ਜਿਹੜੇ ਆਜ਼ਾਦ ਹੀ ਜਿਤਨੇ ਐਮਐਲਏ ਐਮਪੀ ਔਰ ਸਾਡੇ ਕਿਸਾਨ ਜੁਨੀਅਤ ਜਿਤਨੇ ਉਹ ਤੁਹਾਨੂੰ ਪਤਾ ਹੈ ਬੇ ਮੈਂ 100 ਰੁਪਏ ਮੈਂ ਉਹਦਾ ਕੀ 100 ਰੁਪਏ ਦੇ ਮੈਂ 100 ਰੁਪਏ ਲਊਂਗਾ ਨਹੀਂ 100 ਰੁਪਏ ਦੀ ਪਾਰਟੀ ਕਰਦਣੀ ਹੈ ਤੇ ਪ੍ਰਧਾਨ ਮੰਤਰੀ ਬਣਾਊਂਗਾ ਮੈਂ ਪ੍ਰਧਾਨ ਮੰਤਰੀ ਤਰੀਕਾ ਦੱਸੂਗਾ ਤੁਹਾਨੂੰ ਪ੍ਰਧਾਨ ਮੰਤਰੀ ਬਣਦਾ ਪ੍ਰਧਾਨ ਮੰਤਰੀ ਬਣਦਾ ਤਰੀਕਾ ਦੱਸੂਗਾ ਤੁਹਾਨੂੰ ਮੈਂ ਪ੍ਰਧਾਨ ਮੰਤਰੀ ਬਣਨ ਦਾ ਤਰੀਕਾ ਦੱਸੂਗਾ ਮੈਂ ਪ੍ਰਧਾਨ ਮੰਤਰੀ ਨਹੀਂ ਬਣਾਊਂਗਾ ਇੱਕ ਤਰੀਕਾ ਵਾ ਮੇਰੇ ਕੋਲ ਉਹ ਤਰੀਕਾ ਹੀ ਆ ਬਸ ਚਾਹੇ ਹਾਸੇ ਦਾ ਮੈਨੂੰ ਚਾਹੇ ਮਜ਼ਾਕ ਦਾ ਮੈਨੂੰ ਪਰ ਤਰੀਕਾ ਹੈ ਬੜਾ ਸੋਲਿਡ ਹੈ ਥੈਂਕ ਯੂ